ਜੀ ਲਾਲਾ, ਪਹਿਲਾ ਵਰਤਾਵਾ ਅਤੇ ਪਹਿਲਾ ਪ੍ਰੋਗਰਾਮ ਨਬੀ ਅਲੀ ਦੀ ਸ਼ਾਨ ਦੇ ਵਿੱਚ ਜਬਰੀਲ ਬੁਲੰਦ ਕਰਕੇ ਇਹ ਹੁਕਮ ਸੁਣਾਉਣਾ ਹੈ। ਕਸੀਦਾ ਕਿਸੇ ਕਸੀਦੇ ਦੇ ਬਾਅਦ ਮੈਂ ਤੁਹਾਡੇ ਨੌਕਰ ਵਾਲਾ ਮਲਿਕ ਆਸਿਫ ਲਾਂਗ ਵਾਲਾ ਹਾਜ਼ਰ ਖਿਦਮਤ ਹਾਂ ਅਤੇ ਲਾਲੇ ਆਮਿਰ ਦੀ ਭਤਰੀਜੇ ਆਮਿਰ ਦੀ ਸ਼ਾਦੀ ਨੂੰ ਸੁਹਾਵਣ ਸੰਘ ਵਸਾਈ ਟਾਈਮ ਬਹਾਵਲਪੁਰ ਬੈਠੂੰ ਅਤੇ ਚੱਸਾਂ 'ਤੇ ਰੌਣਕਾਂ ਮਚਾਈ ਬੈਠੂੰ। ਇਹ ਰੌਣਕ ਦੇ ਵਿੱਚ ਤੁਹਾਨੂੰ ਮੈਂ ਪਿੱਛਾ ਨਹੀਂ ਛੋੜਿਆ ਜਿਹੜੇ ਜੋ ਪਰਦੇਸੀ ਵੀਰ ਆਏ ਹੋਏ ਲਾਲੇ ਗੁਲਾਮ ਸ਼ਬੀਰ ਦੀ ਨਿਕੜੇ ਦੀ ਸ਼ਾਦੀ ਹੈ ਔਰ ਉਹ ਸ਼ਾਦੀ ਦਾ ਪ੍ਰੋਗਰਾਮ ਮੇਰੇ ਦਿਲ ਕੀਤੇ ਆਪਣੇ ਵੀਰਾਵੇਂ ਨਾਲ ਜਿਹੜੇ ਜੋ ਪਰਦੇਸੀ ਵੀਰ ਆਏ ਅਤੇ ਸਾਡੀ ਤਹਿਸੀਲ ਜਲਾਲਪੁਰ ਕੋ ਛੋੜ ਦੇ ਜ਼ਿਆਦਾਤਰ ਲੋਕ ਦੁਬਈ ਅਤੇ ਉਹ ਤੋਂ ਥੋੜ੍ਹੇ ਜਿਹੇ ਘੱਟ ਸਾਊਦੀ ਦੇ ਵਿੱਚ ਉਹਨਾਂ ਦੀ ਖਿਦਮਤ ਅਤੇ ਉਹਨਾਂ ਦੀ ਨੌਕਰੀ ਸਾਂਗੂ ਮੇਰਾ ਦਿਲ ਨਹੀਂ ਰਿਹਾ ਕਿ ਲਾਲੇ ਸ਼ਬੀਰ ਦੇ ਬੇਟੇ ਦੀ ਸ਼ਾਦੀ ਦੇ ਉੱਤੇ ਸਾਰਿਆਂ ਕੋਲ ਸ਼ਰੀਕ ਕਰੂੰ ਕਿਉਂਕਿ ਲਾਲਾ ਸ਼ਬੀਰ ਖੁਦ ਬਾ ਇਖਲਾਕ ਹਨ ਅਤੇ ਵਾਲਾ ਲਾਲਾ ਗੁਲਾਮ ਯਾਸੀਨ ਕੋ ਜਾਣ ਦਿਓ ਉਹਨਾਂ ਦੇ ਸੱਕੇ ਫਣੇ ਜਨ ਇਹ ਲਾਲਾ ਘੋਟ ਬੈਠੇ ਸਾਡਾ ਭਤਰੀਜਾ ਬੈਠੇ ਮੁਹੰਮਦ ਆਮਿਰ ਉਹਦੇ ਨਾਲ ਨਿਕੜਾ ਉਹਦਾ ਘੋਟ ਬੈਠੇ ਇਹ ਘੋਟ ਤਾਂ ਬਣਾਏ ਸੀ ਜਿਹਦਾ ਕੱਲ੍ਹ ਛੜਾ ਨਿਕਾਹ ਪੇਸੂ ਸ਼ਾਦੀ ਦਾ ਵਾਲਾ ਇੱਕ ਫੰਕਸ਼ਨ ਕਰੇ ਸੂ ਸਾਲ ਅਤੇ ਭਾਵੇਂ ਡੇਢ ਸਾਲ ਬਾਅਦ ਇਹ ਜਿਹੜਾ ਨਿਕੜਾ ਜਵਾਨ ਬੈਠੇ ਵੱਡੇ ਦੀ ਸ਼ਾਦੀ ਕਰਦੇ ਪਿਓ ਅਤੇ ਛੋਟੇ ਦੀ ਸ਼ਾਦੀ ਇਹ ਸਾਂਗੂ ਰੱਖਦੇ ਪਿਓ ਕਿ ਮਲਿਕ ਆਸਿਫ ਲਾਂਗ ਨੇ ਜਿਹੜਾ ਚੈਨਲ ਬਣਾਇਆ ਹੋਇਆ ਆਮਿਰ ਦੀ ਸ਼ਾਦੀ ਨੂੰ ਚੱਸੇ ਨਾਲ ਦੇਖ ਸਨ ਤਾਂ ਵਾਲਾ ਲਾਲੇ ਦੀ ਸ਼ਾਦੀ ਕਰੇ ਸੂ ਨਾ ਤਾਂ ਲਾਲੇ ਦੀ ਕੁਆਰ ਗਿਣਨਾ ਸੂ ਕੋਈ ਸ਼ਾਦੀਆਂ ਕਹਿਣਾ ਸਨ ਕੋਈ ਖੁਸ਼ੀਆਂ ਕਹਿਣਾ ਕਰੇ ਸੂ ਠੀਕ ਹੈ ਨਾ। ਸਬਸਕ੍ਰਾਈਬ ਕਰੇ ਸੋ ਇਹ ਨਿਕੜੇ ਦੀ ਸ਼ਾਦੀ ਵਾਲਾ ਤੁਹਾਨੂੰ ਲਿਖੇ ਸਾਂ ਤੁਹਾਡਾ ਟਾਈਮ ਨਹੀਂ ਮਿਖਣੇ ਦਾ ਮਲਿਕ ਆਸਿਫ ਲਾਂਗ ਸਰੇਕੀ ਕਲਚਰ ਯੂਟਿਊਬ ਚੈਨਲ ਕੋ ਸਬਸਕ੍ਰਾਈਬ ਕਰੋ ਅਤੇ ਲਾਲੇ ਆਬੇਦ ਦੋ ਚੱਲ ਦੂੰ ਜਿਹੜਾ ਕਿ ਸਖਾਵਤ ਅਤੇ ਕਰੀਮ ਭਾਈ ਪਰਵਾਨਾ ਸਜਾਦ ਹੁਸੈਨ ਸਾਕੀ ਕਾਫੀ ਗੁਰੂਕਾਰਾਂ ਦੀ ਕੱਟ ਦੇ ਵਿੱਚ ਗੁਰੂਕਾਰੀ ਕਰਦੇ ਆਵਾਜ਼ ਕਰਦੇ ਲਾਲੇ ਆਬਿਦ ਕੋਲ ਪੁੱਛੂ। ਜੀ ਲਾਲ ਆਬਿਦ ਕਿਆ ਹਾਲ ਹੈ? ਠੀਕ ਠਾਕ ਹੋ? ਤਕੜੇ ਤਾਜ਼ੇ ਵੀ ਇਹ ਟਾਈਮ ਹੈ ਪੂਰੀ ਦੁਨੀਆ ਦੇ ਵਿੱਚ ਤੁਸੀਂ ਵੇਂਦੇ ਪਿਓ ਕਿਵੇਂ ਲੱਗਦਾ ਪਿਆ? ਬਿਲਕੁਲ ਅੱਛਾ ਲੱਗਦਾ ਪਿਆ। ਅੱਛਾ ਕਿਆ ਸੁਣਾਉਣਾ ਚਾਹੋ ਆਪਣੇ? ਅਸਾਂ ਤਾਂ ਤੁਹਾਡੇ ਕੋਲ ਸੁਣਦੇ ਰਹੇ ਵੇਂਦੇ ਹੋ ਨਾ ਲਾਲਾ, ਅਤੇ ਇਹਨੇ ਪਰਦੇਸੀ ਵਿਰਾਵੇ ਕੋ ਅੱਜ ਕਿਆ ਸੁਣੇਦੋ ਕਿਹੜੇ ਗੁਰੂਕਾਰ ਦੀ ਕੱਟ ਸੁਣੇਦੇ ਪਿਓ? ਮੇਰਾ ਇਰਾਦਾ ਇਵੇਂ ਥੀਂਦਾ ਪਿਆ ਕਿ ਸਖਾਵਤ ਦੀ ਹਾਂ ਸਖਾਵਤ ਦੀ ਕੱਟ ਸੁਣ ਦੂੰ ਅਤੇ ਬਾਅਦ ਵਨ ਪਵਨ ਨੇ ਡੋੜੇ ਵਨ ਪਵਨ ਨੇ ਗੀਤ ਅਤੇ ਵਨ ਪਵਨ ਨੇ ਝੁਮਰਾ ਛੇਕੜੀ ਲਾਲੇ ਆਮਿਰ ਦਾ ਸਿਹਰਾ ਵੀ ਤੁਹਾਨੂੰ ਸੁਣਦੇ ਸੂੰ ਭੱਜ ਪੋ ਵੇ ਆਮੇਰਾ ਅਬੇ ਖੂਬ ਮਨਈਆ ਇਵੇਂ ਨਾ। ਹਾਂ ਜੀ ਜਨਤ ਪਿਆ ਬਿਸਤਰ ਤੇ ਆਹਾ ਬੇਜਨਤ ਪਿਆ ਹਮ ਬਿਸਤਰ ਤੇ ਤੁਹਾਡਾ ਖਿਆਲ ਜੋ ਆਏ ਮੈਂ ਕਿ ਮਿਲਾਂ ਸੋਚ ਸੁੱਚੇ ਜੇ ਘੇ ਲਈਏ ਤੇਰੇ ਖਾਬ ਸਤਹਿ ਮੈਂ ਕਿ ਮਿਲਾਂ ਵਾਹ ਵਾਹ ਇਹ ਖਾਬ ਦੇ ਵਿੱਚ ਮਹਿਸੂਸ ਥੀਏ ਕਿਵੇਂ ਕਹੀਂ ਦਰ ਖੜਕੇ ਮੈਂ ਕਿ ਮਿਲਾਂ ਬਸ ਗਾਲ ਮੁਨੀਰਣ ਖਤਮ ਕਰੂੰ ਤੇਰੀ ਮੂੰਝ ਮੁਝਾਏ ਮੈਂ ਕਿ ਮਿਲਾਂ ਇਵੇਂ ਕਰਨ ਮਸਤੂੰ ਰੋਵਣ ਸਾਡਾ ਤੇ ਖਿਲਤੇ ਕਤਾ ਜਿਹੜਾ ਜੋ ਇਹ ਸਾਰੇ ਪਰਦੇਸੀ ਵਿਰਾਵੇ ਦੇ ਵਾਸਤੇ ਲਾਲੇ ਆਪਣੇ ਵਰਤਾਵਾ ਵਰਤਾਵਾ ਕੀਤੇ। ਜੀ ਲਾਲਾ ਉੱਚਾ ਪਿੱਪਲੇ ਚੋਟੀ ਬੂਰੇ